ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Hello everyone, let's start this question. The question says, the sides of a triangular plot are in the ratio of 3:5:7 and its perimeter is 300 meter. The sides of the triangular, assi sides of the triangle find out karni hai. The suppose A saade kol triangular plot given hai gai, A saade kol triangular plot hai gai, jidhi sanu sides di ratio given hai gai hai, 3:5:7. Ta assi let kar de hai, saadi pehli side, ਦੂਜੀ ਸਾਈਡ ਤੇ ਤੀਜੀ ਸਾਈਡ। ਲੈਟ ਫਸਟ ਸਾਈਡ ਇਜ ਇਕੁਅਲ ਟੂ 3x, ਰੇਸ਼ੋ ਦੇ ਅਕੋਰਡਿੰਗ ਚੱਲੀਏ ਅਸੀਂ ਤਾਂ। ਸੈਕਿੰਡ ਸਾਈਡ ਕੀ ਹੋ ਜਾਣੀ ਸਾਡੇ ਕੋਲ 5x, ਤੇ ਥਰਡ ਸਾਈਡ ਹੋ ਜਾਣੀ ਸਾਡੀ 7x, ਤੇ ਸਾਨੂੰ ਪੈਰੀਮੀਟਰ ਗਿਵਨ ਹੈਗਾ 300 meter। ਪੈਰੀਮੀਟਰ ਕੀ ਹੁੰਦਾ ਸਾਡਾ? ਸਮ ਆਫ ਆਲ ਦੀ ਸਾਈਡਸ ਆਫ ਅ ਟ੍ਰਾਇੰਗਲ। ਤਾਂ ਪੈਰੀਮੀਟਰ ਸਾਨੂੰ ਗਿਵਨ ਹੈਗਾ, ਪੈਰੀਮੀਟਰ ਇਜ ਇਕੁਅਲ ਟੂ 300 meter। ਕੁਐਸਚਨ 'ਚ ਸਾਨੂੰ ਪੈਰੀਮੀਟਰ ਗਿਵਨ ਹੈਗਾ, ਤਾਂ ਪਹਿਲੀ ਸਾਈਡ ਪਲੱਸ ਦੂਜੀ ਸਾਈਡ ਪਲੱਸ ਤੀਜੀ ਸਾਈਡ ਆਫ ਦਾ ਟ੍ਰਾਇੰਗਲ ਇਜ਼ ਇਕੁਅਲਸ ਟੂ 300 meter। ਤਾਂ ਪਹਿਲੀ ਸਾਈਡ ਕੀ ਹੈ ਸਾਡੀ? ਪਹਿਲੀ ਸਾਈਡ ਹੈਗੀ ਹੈ 3x ਪਲੱਸ 5x ਪਲੱਸ 7x ਇਜ਼ ਇਕੁਅਲਸ ਟੂ 300। ਤਾਂ 7 + 3 = 10, 10 + 5 = 15, ਇਹ ਆ ਗਿਆ 15x ਇਜ਼ ਇਕੁਅਲਸ ਟੂ 300। 15 ਦੂਜੇ ਪਾਸੇ ਜਾ ਕੇ ਹੋ ਗਿਆ ਡਿਵਾਈਡ, ਤਾਂ x ਇਜ਼ ਇਕੁਅਲਸ ਟੂ 300 ਡਿਵਾਈਡਡ ਬਾਈ 15। ਤਾਂ ਇਹ ਆ ਗਿਆ ਸਾਡੇ ਕੋਲ 15 × 15 = 30, ਤਾਂ 20 ਆ ਗਿਆ, x ਇਜ਼ ਇਕੁਅਲਸ ਟੂ 20 meter। ਤਾਂ ਹੁਣ ਪਹਿਲੀ, ਦੂਜੀ ਤੇ ਤੀਜੀ ਸਾਈਡ ਫਾਈਂਡ ਆਊਟ ਕਰਦੇ ਹਾਂ। ਤਾਂ ਪਹਿਲੀ ਸਾਈਡ ਕੀ ਸੀ ਸਾਡੀ? 3x, ਦੂਜੀ ਸਾਈਡ ਸੀਗੀ ਸਾਡੀ 5x, ਤੇ ਤੀਜੀ ਸਾਈਡ ਸੀਗੀ ਸਾਡੀ 7x। ਤਾਂ ਇਹ ਆ ਗਿਆ ਸਾਡੇ ਕੋਲ 3 × 20, ਇਹ ਆ ਗਿਆ ਸਾਡੇ ਕੋਲ 5 × 20, ਤੇ ਇਹ ਆ ਗਿਆ ਸਾਡੇ ਕੋਲ 7 × 20। ਤਾਂ ਇਹ ਆ ਗਿਆ ਸਾਡੇ ਕੋਲ 60 meter, 100 meter ਤੇ 140 meter। ਤਾਂ ਸਾਡੇ ਕੋਲ ਕਿਹੜੀ ਆਪਸ਼ਨ ਆਉਂਦੀ ਪਈ ਹੈ? ਸਾਡੇ ਕੋਲ ਆਉਂਦੀ ਪਈ ਹੈ ਆਪਸ਼ਨ ਏ, ਵਿਚ ਇਜ 60 meter, 100 meter ਤੇ 140 meter। ਤਾਂ ਸਾਡੇ ਕੋਲ ਆਂਸਰ ਹੋਇਆ ਆਪਸ਼ਨ ਏ। ਥੈਂਕ ਯੂ।